ਨਾਮ ਬਗਲਾਮੁਖੀ ਪਰਿਵਾਰ ਪਿਛਲੇ 2014 'ਚੋਂ 72 ਘੰਟੇ ਦਾ ਸਫ਼ਰ ਸ਼ੁਰੂ ਕਰਕੇ ਹੁਣ 216 ਘੰਟੇ ਦਾ ਯੱਗ ਹੋਣ ਜਾ ਰਿਹਾ। ਅੱਜ ਦਾ ਜਿਹੜੀ ਵਿਸ਼ੇਸ਼ ਜਿਹੜਾ ਅੱਜ ਸੀਗਾ, ਜਿੰਨੇ ਸਾਡੇ ਸੇਵਾਦਾਰ ਪਰਿਵਾਰ ਪਿਛਲੇ ਸਾਲਾਂ ਤੋਂ ਸੇਵਾ ਕਰ ਰਹੇ ਨੇ, ਔਰ ਕੁਛ ਸੇਵਾਦਾਰਾਂ ਦੀ ਬਹੁਤ ਕਹਿੰਦੇ ਵੀ ਵੱਡੀ ਸੇਵਾ ਦੇ ਰੂਪ ਦੇ ਵਿੱਚ ਸੇਵਾ ਕਰਦੇ ਨੇ, ਜਿਹਦੇ ਸ਼ਬਦ ਨਹੀਂ ਹੁੰਦੇ ਤਾਰੀਫ ਕਰਨ ਦੇ, ਉਦੋਂ ਇਸ ਸਨਮਾਨ ਸਮਾਰੋਹ 'ਚ ਬੁਲਾ ਕੇ ਉਹਨੂੰ ਪਰਿਵਾਰ ਦੇ ਵਿੱਚ ਸਨਮਾਨਿਤ ਕੀਤਾ ਜਾਂਦਾ ਉਹਦੀ ਸੇਵਾ ਨੂੰ। ਇਸ ਮੰਦਰ ਦੀ ਮਹਾਨਤਾ ਇਹ ਹੈ ਵੀ ਜਦ 2016 ਤੋਂ ਮੈਂ ਜਿੱਦਾਂ ਜੁੜਿਆ ਅਤੇ ਉਹ ਤੋਂ ਬਾਅਦ ਅਟੁੱਟ ਰਿਸ਼ਤਾ ਇਸ ਮੰਦਰ ਨਾਲ ਹਰ ਬੰਦੇ ਦਾ ਬਣ ਜਾਂਦਾ। ਜਿੰਨੇ ਵੀ ਤੁਸੀਂ ਇੱਥੇ ਬੰਦੇ ਮਿਲੋਗੇ ਆ ਰਹੇ ਆ, ਜਿੰਨੇ ਵੀ ਸਾਧਕ ਆ ਰਹੇ ਆ ਜਾਂ ਜਿੰਨੇ ਵੀ ਲੁਧਿਆਣਾ ਵਾਸੀ ਜਾਂ ਬਾਹਰੋਂ ਵੀ ਜਨਤਾ ਆਉਂਦੀ ਆ, ਉਹ ਇੱਕ ਵਾਰੀ ਆਉਂਦਾ ਉਹ ਇੱਥੇ ਦਾ ਹੋ ਕੇ ਰਹਿ ਜਾਂਦਾ। ਇਹਦਾ ਔਰਾ ਇੱਦਾਂ ਦਾ ਵੀ ਪੋਜ਼ਿਟਿਵਿਟੀ ਇੰਨੀ ਹੈ, ਮਾਂ ਹਰ ਬੰਦੇ ਦੀ ਦਰਖਾਸਤ ਸੁਣਦੀ ਆ, ਉਹਦੀ ਪ੍ਰਾਰਥਨਾ ਜਿਹੜੀ ਆ ਉਹਨੂੰ ਸਿਰੇ ਚੜ੍ਹਾਉਂਦੀ ਆ, ਅਤੇ ਉਹਦੀ ਜਿਹੜੀ ਵੀ ਕੋਈ ਕਾਮਨਾ ਜਾਂ ਇੱਛਾ ਹੁੰਦੀ ਆ ਉਹਨੂੰ ਪੂਰਨ ਕਰਦੀ ਆ। ਹੁਣ 216 ਘੰਟੇ ਦਾ ਜਿਹੜਾ ਖੰਡ ਜਾਂ ਹੋਣ ਜਾ ਰਿਹਾ 8 ਫਰਵਰੀ ਤੋਂ 17 ਫਰਵਰੀ ਤੱਕ, ਉਸ 'ਚ ਵੀ ਮਾਤਾ ਰਾਣੀ ਆਪ ਬਿਰਾਜਮਾਨ ਹੋ ਕੇ ਇਸ ਯੱਜ ਨੂੰ ਨਿਰਵਿਘਨ ਸੰਪੂਰਨ ਕਰਾਏਗੀ। ਮਾਂ ਬਗਲਾਮੁਖੀ ਧਾਮ ਟਰੱਸਟ ਕੀ ਔਰ ਸੇ ਹਰ ਬਰਸ ਕੀ ਭਾਤੀ ਇਸ ਬਰਸ ਵੀ 7 ਫਰਵਰੀ ਸੇ ਨਿਰੰਤਰ 216 ਘੰਟੇ ਕਾ ਅਖੰਡ ਔਰ ਵਿਸ਼ਾਲ ਮਹਾਨ ਮਹਾਂਯਗਯ ਕਾ ਆਯੋਜਨ ਕੀਆ ਜਾ ਰਹਾ ਹੈ, ਔਰ ਉਸੀ ਕੇ ਉਪਲਕਸ਼ ਮੇਂ ਆਜ ਕੁਲ ਸ਼੍ਰੇਸ਼ਠ ਯਜਮਾਨ ਸਮਾਰੋਹ ਯਹਾਂ ਪਰ ਆਯੋਜਿਤ ਕੀਆ ਗਿਆ ਹੈ, ਜਿਸ ਮੇਂ ਸ਼ਹਿਰ ਕੇ ਗਣਮਾਨਯ ਭਕਤ ਔਰ ਜੋ ਮਾਂ ਬਗਲਾਮੁਖੀ ਕੇ ਅਨਨਯ ਭਕਤ ਹੈ, ਔਰ ਇਹ ਸਭ ਜੋ ਅਨੁਸ਼ਠਾਨ ਕੀਆ ਜਾਏਗਾ ਵੋ ਪਰਮ ਆਦਰਣੀਯ ਮਹੰਤ ਚੌਧਰੀ ਜੀ ਕੀ ਪਾਵਨ ਅਧਿਕਸ਼ਤਾ ਮੇਂ ਕੀਆ ਜਾਏਗਾ। ਔਰ ਮੁਝੇ ਲਗਤਾ ਹੈ ਕਿ ਇਹ ਲੁਧਿਆਣਾ ਸ਼ਹਿਰ ਕੇ ਲਈ ਬਹੁਤ ਗੌਰਵ ਕੀ ਬਾਤ ਹੈ। ਯਗਯ ਨਾ ਕੇਵਲ ਹਮਾਰੇ ਤਨ ਕੀ ਸ਼ੁੱਧੀ ਬਲਕਿ ਮਨ ਕੀ ਸ਼ੁੱਧੀ, ਔਰ ਦੇਵਤਾਓਂ ਕੋ ਆਹਵਾਨ ਕਰਕੇ ਔਰ ਉਨਕੀ ਸਤੁਤੀ ਕਰਕੇ ਔਰ ਆਪਣੇ ਕਲਿਆਣ ਕੇ ਲਈ ਔਰ ਸਰਵ ਕਲਿਆਣ ਕੇ ਲਈ ਔਰ ਆਪਣੇ ਮਨੋਵਾਂਛਿਤ ਫਲ ਕੇ ਲਈ ਬਹੁਤ ਜ਼ਰੂਰੀ ਹੈ, ਔਰ ਇਹ ਹਮਾਰੀ ਸਨਾਤਨ ਪਰੰਪਰਾ ਹੈ ਜੋ ਸਦੀਓਂ ਸੇ ਚਲੀ ਆ ਰਹੀ ਹੈ, ਔਰ ਉਸੀ ਕੀ ਸੁਰੱਖਿਆ ਕੇ ਲਈ ਔਰ ਇੱਕ ਜਨ ਕਲਿਆਣ ਕੀ ਜੋ ਭਾਵਨਾ ਹੈ ਉਸੀ ਸੇ ਪ੍ਰੇਰਿਤ ਹੋ ਕਰ ਪੂਰੇ ਹਿੰਦੁਸਤਾਨ ਕੇ ਸੰਤ ਸਮਾਜ ਕੇ ਪਾਵਨ ਸਾਨਿਧਿਯ ਮੈਂ ਇਹ ਮਹਾਯਗਯ ਜੋ ਨਿਰੰਤਰ 216 ਘੰਟਾ ਚਲੇਗਾ। ਆਪ ਸਭ ਸੇ ਅਨੁਰੋਧ ਹੈ ਕਿ ਆਪ ਸਭੀ ਆਪਣੇ ਪਰਿਵਾਰ ਸਹਿਤ ਇਸ ਯਗਯ ਮੇਂ ਸਮਿਲਿਤ ਹੋ ਕਰ ਕੁਲ ਸ਼੍ਰੇਸ਼ਠ ਯਜਮਾਨ ਕੀ ਉਪਾਧੀ ਪ੍ਰਾਪਤ ਕਰੇ ਔਰ ਮਹਾਪ੍ਰਸਾਦੀ ਗ੍ਰਹਿਣ ਕਰੇ। ਜੈ ਮਾਂ ਬਗਲਾਮੁਖੀ। ਸਮਾਰੋਹ ਜੈ ਹੈ ਕੁਲ ਸ਼੍ਰੇਸ਼ਠ ਯਜਮਾਨ ਸਰਮਾਹਾਂ ਸੋ। ਅੱਜ ਦਾ ਜਿਹੜੀ ਵਿਸ਼ੇਸ਼ਤਾ ਜਿਹੜਾ 216 ਘੰਟੇ ਦਾ ਖੰਡ ਮਹਾਯਗ ਹੋ ਰਿਹਾ ਉਹਦੇ ਉਪਲਕਸ਼ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਹੈ ਸਾਡੇ ਜਿਹੜੇ ਮਾਂ ਬਗਲਾਮੁਖੀ ਪਰਿਵਾਰ ਦੇ ਸੇਵਕ ਪਰਿਵਾਰ ਦੇ, ਔਰ ਮਾਂ ਬਗਲਾਮੁਖੀ ਪਰਿਵਾਰ ਪਿਛਲੇ 2014 'ਚੋਂ 72 ਘੰਟੇ ਦਾ ਸਫ਼ਰ ਸ਼ੁਰੂ ਕਰਕੇ ਹੁਣ 216 ਘੰਟੇ ਦਾ ਯੱਗ ਹੋਣ ਜਾ ਰਿਹਾ। ਅੱਜ ਦਾ ਜਿਹੜੀ ਵਿਸ਼ੇਸ਼ ਜਿਹੜਾ ਅੱਜ ਸੀਗਾ, ਜਿੰਨੇ ਸਾਡੇ ਸੇਵਾਦਾਰ ਪਰਿਵਾਰ ਪਿਛਲੇ ਸਾਲਾਂ ਤੋਂ ਸੇਵਾ ਕਰ ਰਹੇ ਨੇ, ਔਰ ਕੁਛ ਸੇਵਾਦਾਰਾਂ ਦੀ ਬਹੁਤ ਕਹਿੰਦੇ ਵੀ ਵੱਡੀ ਸੇਵਾ ਦੇ ਰੂਪ ਦੇ ਵਿੱਚ ਸੇਵਾ ਕਰਦੇ ਨੇ, ਜਿਹਦੇ ਸ਼ਬਦ ਨਹੀਂ ਹੁੰਦੇ ਤਾਰੀਫ ਕਰਨ ਦੇ, ਉਦੋਂ ਇਸ ਸਨਮਾਨ ਸਮਾਰੋਹ 'ਚ ਬੁਲਾ ਕੇ ਉਹਨੂੰ ਪਰਿਵਾਰ ਦੇ ਵਿੱਚ ਸਨਮਾਨਿਤ ਕੀਤਾ ਜਾਂਦਾ ਉਹਦੀ ਸੇਵਾ ਨੂੰ। ਔਰ ਮਾਂ ਬਗਲਾਮੁਖੀ ਪਰਿਵਾਰ ਦਾ ਜਿਹੜਾ ਲਕਸ਼ ਹੈ ਆਪਸੀ ਭਾਈਚਾਰਕ ਸਾਂਝ ਨੂੰ ਲੈ ਕੇ ਅਸੀਂ ਮਾਂ ਬਗਲਾਮੁਖੀ ਪਰਿਵਾਰ ਚੱਲਿਆ। ਤੁਹਾਡੇ ਸਾਰੇ ਮੀਡੀਆ ਦੇ ਰਾਹੀਂ ਮੈਂ ਇੱਕ ਨਿਮੰਤਰਣ ਦੇਣਾ ਚਾਹੁੰਦਾ ਸਾਰੇ ਦੇਸ਼ ਵਾਸੀਆਂ ਨੂੰ, 216 ਘੰਟੇ ਦਾ ਅਖੰਡ ਮਹਾਂਯੱਗ ਹੋ ਰਿਹਾ ਮਾਂ ਬਗਲਾਮੁਖੀ ਧਾਮ ਲੁਧਿਆਣਾ ਦੀ ਧਰਤੀ 'ਤੇ। ਆਓ ਆਪਾਂ ਇਸ ਯੱਗ ਦੇ ਵਿੱਚ ਸਾਰੇ ਮਿਲ ਕੇ ਕਰੀਏ, ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਲੈ ਕੇ ਆਪਾਂ ਚੱਲੇ ਹਾਂ। ਉਸ ਸੰਦੇਸ਼ ਨੂੰ ਜਾਂ ਸਾਡਾ ਜਿਹੜਾ ਸੁਪਨਾ ਸੀ ਆਪਸੀ ਭਾਈਚਾਰਕ ਸਾਂਝ ਦਾ, ਅਸੀਂ ਉਹਨੂੰ ਸ਼ੁਰੂਆਤ ਕੀਤੀ ਆ, ਤੁਸੀਂ ਵੀ ਸਾਡਾ ਸਾਥ ਦਿਓ। ਔਰ ਇੱਕ ਐਸਾ ਮਾਂ ਬਗਲਾਮੁਖੀ ਦਾ ਯੱਗ
ਜਿਹੜਾ ਪੂਰੇ ਵਿਸ਼ਵ ਦੇ ਇਕਲੌਤਾ ਮਾਂ ਬਗਲਾਮੁਖੀ ਧਾਮ ਦੀ ਧਰਤੀ 'ਤੇ ਹੋਣ ਜਾ ਰਿਹਾ, ਆਓ ਆਪਾਂ ਸਾਰੇ ਮਿਲ ਕੇ ਇਸ ਜੱਗ ਦੇ ਵਿੱਚ ਪਾਰਟੀਸਪੇਟ ਕਰੀਏ। ਔਰ ਮਾਂ ਬਗਲਾਮੁਖੀ ਦੀ ਅਪਾਰ ਕਿਰਪਾ, ਦੇਖੋ ਕਲਯੁਗ ਦੇ ਵਿੱਚ ਨਿਆਂ ਦੀ ਦੇਵੀ ਕਿਹਾ ਗਿਆ, ਮਾਂ ਹਰ ਦੇ ਸਹਾਰਾ ਮਾਂ ਨੂੰ ਕਿਹਾ ਗਿਆ। ਆਪਾਂ ਮਿਲ ਕੇ ਇਸ ਜੱਗ ਦੇ ਵਿੱਚ ਸਾਰੇ ਸ਼ਾਮਿਲ ਹੋਈਏ ਔਰ ਆਪਣੇ ਪਰਿਵਾਰਾਂ ਲਈ ਸੁੱਖ ਸ਼ਾਂਤੀ ਸਮਿੱਧੀ ਲਈ ਔਰ ਆਪਸੀ ਭਾਈਚਾਰਕ ਸਾਂਝ ਲਈ ਆਪਾਂ ਅਰਦਾਸ ਕਰੀਏ। ਦੇਖੋ ਸੰਤ ਸਮਾਜ, ਨਾਥ ਪਰੰਪਰਾ ਦੇ ਬਹੁਤ ਬਹੁਤ ਸੰਤ ਸਮਾਜ ਦੇ ਔਰ ਰਾਜਨੀਤਿਕ ਲੋਕ, ਕੁਛ ਸਟੇਟਾਂ ਦੇ CM ਨਿਮੰਤਰਣ ਦਿੱਤਾ ਹੈ ਔਰ ਸੈਂਟਰ ਦੇ ਕੁਛ ਮਿਨਿਸਟਰਸ ਨੇ, ਸੁਪਰੀਮ ਕੋਰਟ, ਹਾਈ ਕੋਰਟ ਦੇ ਜਸਟਿਸ ਨੇ। ਔਰ ਸਭ ਤੋਂ ਵੱਡੀ ਗੱਲ ਸਾਡੀ ਸੰਗਤ, ਜਿਹੜੇ ਪਿਛਲੇ ਸਾਲ 9 ਲੱਖ ਬੰਦੇ ਨੇ ਪਾਰਟੀਸਪੇਟ ਕੀਤਾ, ਅਸੀਂ ਉਮੀਦ ਕਰਦੇ ਹਾਂ ਇਸ ਵਾਰ 20 ਲੱਖ ਤੋਂ ਵੱਧ ਬੰਦੇ ਨੂੰ ਪਾਰਟੀਸਪੇਟ ਕਰਨ। ਪੂਰੀ ਵੈਦਿਕ ਪਰੰਪਰਾ, ਪੂਰੀ ਸਨਾਤਨ ਧਰਮ ਦੀ ਵੈਦਿਕ ਪਰੰਪਰਾ ਦੇ ਹਿਸਾਬ ਦੇ ਨਾਲ ਇਹ ਯੱਗ ਹੋਣ ਜਾ ਰਿਹਾ, ਆਓ ਆਪਾਂ ਸਾਰੇ ਮਿਲ ਕੇ ਇਸ ਯੱਗ ਦਾ ਹਿੱਸਾ ਬਣੀਏ। ਸਨਾਤਨ ਧਰਮ ਦੀ ਪੂਰੀ ਵੈਦਿਕ ਪਰੰਪਰਾ ਦੇ ਹਿਸਾਬ ਦੇ ਨਾਲ ਇਹ ਯੱਗ ਹੋਣ ਜਾ ਰਿਹਾ। 8 ਫਰਵਰੀ ਤੋਂ ਲੈ ਕੇ 17 ਫਰਵਰੀ, ਮੈਂ ਪਹਿਲਾਂ ਵੀ ਡੇਟ ਦੱਸੀ, ਮੈਂ ਇੱਕ ਵਾਰੀ ਫਿਰ ਰਿਪੀਟ ਕਰ ਰਿਹਾ, 8 ਫਰਵਰੀ ਨੂੰ ਦਿਨ ਵੀਰਵਾਰ ਨੂੰ ਸ਼ੁਰੂ ਹੋ ਕੇ 17 ਫਰਵਰੀ ਨੂੰ ਸਮਾਪਤੀ ਹੋਣ ਜਾ ਰਹੀ ਹੈ। ਜੈ ਮਾਤਾ ਦੀ, ਜੈ ਮਾਂ ਬਗਲਾਮੁਖੀ। ਮੈਂ ਰਮਨ ਕਈ, ਮੈਂ ਇਸ ਮੰਦਰ ਮਾਂ ਬਗਲਾਮੁਖੀ ਧਾਮ ਸਿੰਗਲਾ ਇਨਕਲੇਵ ਲੁਧਿਆਣਾ ਨਾਲ 2016 ਤੋਂ ਜੁੜਿਆ ਹੋਇਆ ਅਤੇ ਇੱਥੇ ਨਿਰੰਤਰ ਯੱਗ ਹਰ ਸਾਲ ਹੁੰਦਾ ਆ ਰਿਹਾ ਅਤੇ ਇਸ ਸਾਲ ਹੁਣ 216 ਘੰਟੇ ਦਾ ਅਖੰਡ ਯੱਗ ਹੋਣ ਜਾ ਰਿਹਾ 8 ਫਰਵਰੀ ਤੋਂ 17 ਫਰਵਰੀ ਤੱਕ। ਇਸ ਮੰਦਰ ਦੀ ਮਹਾਨਤਾ ਇਹ ਹੈ ਵੀ ਜਦ 2016 ਤੋਂ ਮੈਂ ਜਿੱਦਾਂ ਜੁੜਿਆ ਅਤੇ ਉਹ ਤੋਂ ਬਾਅਦ ਅਟੁੱਟ ਰਿਸ਼ਤਾ ਇਸ ਮੰਦਰ ਨਾਲ ਹਰ ਬੰਦੇ ਦਾ ਬਣ ਜਾਂਦਾ। ਜਿੰਨੇ ਵੀ ਤੁਸੀਂ ਇੱਥੇ ਬੰਦੇ ਮਿਲੋਗੇ ਆ ਰਹੇ ਆ, ਜਿੰਨੇ ਵੀ ਸਾਧਕ ਆ ਰਹੇ ਆ ਜਾਂ ਜਿੰਨੇ ਵੀ ਲੁਧਿਆਣਾ ਵਾਸੀ ਜਾਂ ਬਾਹਰੋਂ ਵੀ ਜਨਤਾ ਆਉਂਦੀ ਆ, ਉਹ ਇੱਕ ਵਾਰੀ ਆਉਂਦਾ ਉਹ ਇੱਥੇ ਦਾ ਹੋ ਕੇ ਰਹਿ ਜਾਂਦਾ। ਇੱਥੇ ਦਾ ਔਰਾ ਇੱਦਾਂ ਦਾ ਵੀ ਪੋਜ਼ਿਟਿਵਿਟੀ ਇੰਨੀ ਹੈ। ਮਾਂ ਹਰ ਬੰਦੇ ਦੀ ਦਰਖਾਸਤ ਸੁਣਦੀ ਆ, ਉਹਦੀ ਪ੍ਰਾਰਥਨਾ ਜਿਹੜੀ ਆ ਉਹਨੂੰ ਸਿਰੇ ਚੜ੍ਹਾਉਂਦੀ ਆ ਅਤੇ ਉਹਦੀ ਜਿਹੜੀ ਵੀ ਕੋਈ ਕਾਮਨਾ ਜਾਂ ਇੱਛਾ ਹੁੰਦੀ ਆ ਉਹਨੂੰ ਪੂਰਨ ਕਰਦੀ ਆ। ਹੁਣ 216 ਘੰਟੇ ਦਾ ਜਿਹੜਾ ਅਖੰਡ ਯੱਗ ਹੋਣ ਜਾ ਰਿਹਾ 8 ਫਰਵਰੀ ਤੋਂ 17 ਫਰਵਰੀ ਤੱਕ, ਉਸ 'ਚ ਵੀ ਮਾਤਾ ਰਾਣੀ ਆਪ ਵਿਰਾਜਮਾਨ ਹੋ ਕੇ ਇਸ ਯੱਗ ਨੂੰ ਨਿਰਵਿਘਨ ਸੰਪੂਰਨ ਕਰਾਏਗੀ। ਅਤੇ ਅੱਜ ਜਿਹੜੀ ਮੀਟਿੰਗ ਹੋ ਰਹੀ ਸਾਊਥ ਐਂਡ ਗਾਰਡਨ ਦੇ ਵਿੱਚ, ਅੱਜ ਅਸੀਂ ਸਾਡੇ ਜਿੰਨੇ ਵੀ ਸੇਵਕ ਟੀਮ ਹੈ ਉਹਨਾਂ ਦੀ ਮੀਟਿੰਗ ਹੋ ਰਹੀ ਹੈ ਔਰ ਜਿੰਨੇ ਸਾਡੇ ਕੁਲਚ ਦੇ ਜਜਮਾਨ ਪਿਛਲੇ 2014 ਤੋਂ ਲੈ ਕੇ ਅੱਜ ਤੱਕ ਜੁੜੇ ਨੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਏਗਾ ਔਰ ਉਹਨਾਂ ਦਾ ਇੱਕ ਪ੍ਰੀਤੀ ਭੋਜ ਸਾਰਿਆਂ ਦਾ ਕੀਤਾ ਜਾਂਦਾ। ਇਹ ਆਏ ਸਾਲ ਹਰ ਸਾਲ ਹੀ ਹੁੰਦਾ ਸਾਊਥ ਐਂਡ ਗਾਰਡਨ ਦੇ ਵਿੱਚ, ਇਹ ਯੱਗ ਤੋਂ 15-20 ਦਿਨ ਪਹਿਲੇ ਇਹ ਇਵੈਂਟ ਔਰਗਨਾਈਜ਼ ਕੀਤਾ ਜਾਂਦਾ। ਇਸ ਇਵੈਂਟ ਦੇ ਨਾਲ ਕੀ ਹੁੰਦਾ, ਨਵੇਂ ਪੁਰਾਣੇ ਜਿਹੜੇ ਆਪਣੇ ਆਪਣਾ ਸਾਧਕ ਹੁੰਦੇ ਨੇ ਜਾਂ ਜਿਹੜੇ ਬੰਦੇ ਪਹਿਲੇ ਜੁੜੇ ਹੁੰਦੇ ਨੇ ਅਤੇ ਨਵੇਂ ਜੁੜਦੇ ਨੇ ਉਹਨਾਂ ਕੋਲ ਪੁਰਾਣਾ ਐਕਸਪੀਰੀਅੰਸਿਸ ਸ਼ੇਅਰ ਹੁੰਦੇ ਨੇ ਅਤੇ ਨਵੇਂ ਜਿਹੜੇ ਹੁੰਦੇ ਆ ਉਹਨਾਂ ਨੂੰ ਆਪਣੇ ਜੋ ਇਸ ਧਾਮ ਨਾਲ ਜੁੜਨ ਦਾ ਮੌਕਾ ਮਿਲਦਾ। ਇਸ ਕਰਕੇ ਇਸ ਇਵੈਂਟ ਨੂੰ ਰੱਖਿਆ ਜਾਂਦਾ। ਇਹ ਇਵੈਂਟ ਜਿਹੜਾ ਹੈਗਾ ਹਰ ਸਾਲ ਵੱਧਦਾ ਜਾ ਰਿਹਾ, ਪਹਿਲੇ 100-200-500 ਬੰਦਾ ਸੀ, ਅੱਜ ਅਸੀਂ ਐਕਸਪੈਕਟ ਕਰ ਰਹੇ ਹਾਂ 1500-2000 ਬੰਦਾ ਇਸ ਇਵੈਂਟ ਨੂੰ ਜੁਆਇਨ ਕਰੇਗਾ ਅਤੇ ਅਲਟੀਮੇਟਲੀ ਉਹ ਜਿਹੜੇ ਬੰਦੇ ਆਉਂਦੇ ਉਹ ਐਕਸਪੀਰੀਅੰਸ ਹੁੰਦੇ ਆ, ਮਾਂ ਨਾਲ ਜੁੜਦੇ ਆ, ਯੱਜ ਨਾਲ ਜੁੜਦੇ ਆ ਅਤੇ ਉਹ ਆਪਣੇ ਆਪ ਇਸ ਮੰਦਰ ਦੇ ਨਾਲ ਉਹਨਾਂ ਦੀ ਆਸਥਾ ਜੁੜਦੀ ਹੈ। ਇੰਨੀ ਧੁੰਦ ਹੋਣ ਦੇ ਬਾਵਜੂਦ, ਇੰਨਾ ਠੰਡ ਹੋਣ ਦੇ ਬਾਵਜੂਦ 4-5 ਡਿਗਰੀ ਟੈਂਪਰੇਚਰ ਹੋਣ ਦੇ ਬਾਵਜੂਦ ਜਿਹੜੇ ਸਾਧਕ ਹੈ ਮੰਦਰ ਆਉਣੋਂ ਨਹੀਂ ਹਟਦੇ। ਕੱਲ੍ਹ ਵੀ ਰਾਤੀਂ ਵੀਰਵਾਰ ਨੂੰ ਜਾਂ ਅੱਜ 12 ਵਜੇ ਸੰਪੂਰਨ ਹੋਇਆ, ਧੁੰਦ ਸੀ, ਦਿਖ ਰਿਹਾ ਨਹੀਂ ਸੀ ਕੁਛ, ਫਿਰ ਵੀ ਮੋਟਰਸਾਈਕਲ ਦੇ ਉੱਤੇ ਲੇਡੀਜ਼ ਆਪਣੇ ਹਸਬੈਂਡ ਨਾਲ ਕਪਲ ਫੈਮਿਲੀਜ਼ ਮੋਟਰਸਾਈਕਲਾਂ ਦੇ ਉੱਤੇ ਵੀ ਆਉਂਦੇ। ਤੋ ਇਹ ਪ੍ਰਤੀਕ ਹੈ ਇਸ ਮੰਦਰ ਦੀ ਆਸਥਾ ਦਾ, ਉਹਦੀ ਪੋਜ਼ਿਟਿਵਿਟੀ ਦਾ ਅਤੇ ਮਾਤਾ ਦੀ ਆਸ਼ੀਰਵਾਦ ਦਾ। ਸੋ ਸਾਰਿਆਂ ਨੂੰ ਇਹੀ ਪ੍ਰਾਰਥਨਾ ਹੈ ਵੀ ਇਸ ਮੰਦਰ 'ਤੇ ਆ ਕੇ ਨਤਮਸਤਕ ਹੋ, ਮਾਤਾ ਰਾਣੀ ਤੋਂ ਆਸ਼ੀਰਵਾਦ ਦਿਓ ਔਰ ਆਪਣਾ ਜਿਹੜਾ ਵੀ ਕੋਈ ਪ੍ਰਾਰਥਨਾ ਕਾਮਨਾ ਹੈ ਉਹਨੂੰ
ਪੂਰਨ ਕਰਵਾਓ। ਜੈ ਮਾਤਾ ਦੀ। ਜੈ ਮਾਤਾ ਦੀ।